ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਤੱਕ ਰਹੇ ਯੂਕੇ ਸੁਪਰ ਸਪੋਰਟ, ਤਾਂ ਮੈਂ ਅਫਜ਼ਾਲ ਕਹਿੰਦੇ ਅਤੇ ਮੇਰੇ ਨਾਲ ਜਿਹੜੀ ਸ਼ਖਸੀਅਤ ਮੌਜੂਦ ਹੈ ਜੀ, ਕਿਸੇ ਤਰਫ ਨੇ ਮੁਤਾਜ ਨੀਮ, ਸਾਡੇ ਨਾਲ ਤਾਹਰ ਵਾਹਿਦ ਜੱਟ, ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵੈਲਕਮ ਖੁਸ਼ਮਦੀਦ ਯੂਕੇ, ਅਤੇ ਨਾਲ ਸਾਡੇ ਪਾਕਿਸਤਾਨ ਦੇ ਸੁਪਰ ਸਟਾਰ ਰੇਡਰ ਕਲੀਮ ਜੱਟ ਭਾਅ ਜੀ, ਅਤੇ ਅਸੀਂ ਜਿੰਨੇ ਵੀ ਯੂਕੇ ਕਬੱਡੀ ਫੈਡਰੇਸ਼ਨ ਵੱਲੋਂ, ਆਪਣੇ ਵੱਲੋਂ ਅਤੇ ਯੂਕੇ ਸੁਪਰ ਸਪੋਰਟ ਟੀਮ ਦੇ ਵੱਲੋਂ ਭਾਅ ਜੀ ਨੂੰ ਵੈਲਕਮ ਖੁਸ਼ਮਦੀਦ ਦਿੰਦਾ ਭਾਅ ਜੀ, ਸਭ ਤੋਂ ਪਹਿਲਾਂ ਤੁਹਾਨੂੰ ਵੈਲਕਮ ਹੋ ਗਿਆ ਯੂਕੇ ਆਉਣ 'ਤੇ। ਦੱਸੋ ਅੱਜ ਯੂਕੇ ਦੀ ਕਬੱਡੀ ਤੁਸੀਂ ਵੇਖਣ ਆਇਓ, ਅਤੇ ਤੁਹਾਨੂੰ ਉਹ ਪਾਕਿਸਤਾਨ ਵਾਲੀ ਕਬੱਡੀ ਨਜ਼ਰ ਆਉਂਦੀ ਯੂਕੇ ਦੀ ਕਬੱਡੀ ਵਿੱਚ? ਥੈਂਕ ਯੂ, ਬਹੁਤ ਸ਼ੁਕਰੀਆ ਤੁਸੀਂ ਮੌਕਾ ਦਿੱਤਾ ਮੈਨੂੰ ਗੱਲਬਾਤ ਕਰਨ ਦਾ। ਅਤੇ ਮੈਂ ਪਹਿਲਾਂ ਸਾਰੇ ਕਬੱਡੀ ਦੇ ਸ਼ੌਕੀਨਾਂ ਨੂੰ ਸਲਾਮ ਕਹਿੰਦਾ ਪਾਕਿਸਤਾਨ ਵੱਲੋਂ ਵੀ, ਅਤੇ ਤਮਾਮ ਜਿਹੜੇ ਸਾਡੇ ਕਬੱਡੀ ਦੇ ਸ਼ੌਕੀਨ ਸਾਰੀ ਦੁਨੀਆ 'ਚ, ਮੈਂ ਸਭ ਨੂੰ ਮੈਂ ਸਲਾਮ ਕਹਿੰਦਾ। ਅਤੇ ਮੈਂ ਪਹਿਲੇ ਵੀ ਕਾਫੀ ਦਫ਼ਾ ਇੱਥੇ ਆ ਕੇ ਖੇਡ ਚੁੱਕਿਆ ਖੁਦ ਵੀ, ਮੈਂ ਪਹਿਲੀ ਦਫ਼ਾ 1988 'ਚ ਇੱਥੇ ਆਇਆ ਖੇਡਿਆ। ਠੀਕ। ਅਤੇ ਉਦੋਂ ਤੋਂ ਹੀ ਕਾਫੀ ਸਾਡੇ ਜਿਹੜੇ ਸਿੱਖ ਭਰਾ ਨੇ ਇਸ ਕਬੱਡੀ ਦੀ ਪ੍ਰਮੋਸ਼ਨ ਲਈ ਕਾਫੀ ਇਹਨਾਂ ਨੇ ਜਿਹੜਾ ਉਹ ਕੰਮ ਕੀਤਾ ਹੈ। ਮਜ਼ੀਦ ਜੋ ਹੁਣ ਜਿਹੜਾ ਜ਼ਿਆਦਾ ਸ਼ਾਈਨਿੰਗ ਆ ਰਹੀ ਹੈ ਕਬੱਡੀ ਦੇ ਟੂਰਨਾਮੈਂਟਾਂ 'ਚ, ਉਹ ਤੁਸੀਂ ਸਾਰੀ ਦੁਨੀਆ ਦੇਖ ਰਹੀ ਹੈ, ਸਾਰੇ ਆਪਣੇ ਯੂਟਿਊਬ 'ਤੇ ਵੀ, ਕਿ ਇੱਥੇ ਦੀ ਜਿਹੜੀ ਲੀਗ ਆ, ਜਿਹੜੇ ਟੂਰਨਾਮੈਂਟ ਕਰਾਉਂਦੇ ਨੇ ਸਾਰੇ ਆਪਣੇ ਯੂਕੇ ਵਾਲੇ, ਬੜੇ ਅੱਛੇ, ਔਰ ਖਿਲਾੜੀਆਂ ਨੂੰ ਮੌਕਾ ਮਿਲਦਾ ਖੇਡਣ ਦਾ ਵੀ, ਔਰ ਮਾਲੀ ਇਮਦਾਦ ਵੀ ਕਾਫੀ ਹੋ ਜਾਂਦੀ ਖਿਲਾੜੀਆਂ ਦੀ। ਅਤੇ ਮੈਂ ਬੜਾ ਹੈਪੀ ਹਾਂ, ਔਰ ਇਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ, ਇਹਨਾਂ ਸਾਰਿਆਂ ਨੂੰ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਜਿਹੜੇ ਕਬੱਡੀ ਲਈ ਇੰਨਾ ਵੱਡਾ ਜੇ ਕੰਮ ਕਰ ਰਹੇ ਨੇ। ਭਾਅ ਜੀ, ਗੁੱਡ ਹੋ ਗਿਆ। ਦੱਸੋ ਜਿਸ ਤਰ੍ਹਾਂ ਤੁਹਾਡੇ ਫੈਡਰੇਸ਼ਨ ਦੇ ਪਲੇਅਰ ਯੂਕੇ ਆਏ ਹੋਏ, ਕਲੀਮ ਜੱਟ ਮੇਰੇ ਨਾਲ ਖੜਾ ਆ, ਉਸ ਤੋਂ ਪਹਿਲੇ ਚਿਸ਼ਤੀ ਖੇਡ ਗਿਆ, ਡੋਗਰ ਖੇਡ ਗਿਆ, ਅੱਜ ਆਪਣਾ ਬਲਾਲ ਮੋਹਸਨ ਢਿੱਲੋਂ ਵੀ ਆ, ਚੱਠਾ ਵੀ ਆ, ਆਪਣੇ 5-6 ਮੁੰਡੇ ਆ, ਕੀ ਸਮਝਦੇ ਹੋ ਕਿ ਪਾਕਿਸਤਾਨ ਦੇ ਹੋਰ ਮੁੰਡੇ ਕਿਉਂ ਨਹੀਂ ਯੂਕੇ ਖੇਡਣ ਆਉਂਦੇ, ਕੀ ਵਜ੍ਹਾ ਬਣੀ? ਦੇਖੋ, ਜਿਹੜੇ ਬੱਚਿਆਂ ਨੂੰ ਬੁਲਾਉਂਦੇ ਨੇ, ਸਪੋਂਸਰ ਕਰਦੇ ਨੇ, ਉਹ ਹੀ ਆਉਣੇ ਨੇ ਜਿਹਨਾਂ ਨੂੰ ਬੁਲਾਉਣਾ ਹੈ। ਠੀਕ ਹੈ। ਅਤੇ ਕਿਉਂਕਿ ਹੁਣ ਕਬੱਡੀ ਤਾਂ ਸਾਰੀ ਨੈੱਟ 'ਤੇ ਆ ਗਈ ਹੈ, ਸਾਰੀ ਦੁਨੀਆ ਦੇਖਦੀ ਹੈ, ਜੇ ਅੱਛੇ ਪਲੇਅਰ ਨੂੰ ਹਰ ਬੰਦਾ ਹੀ ਚਾਹੁੰਦਾ ਹੈ, ਅਤੇ ਉਹ ਬੜੀ 5-4 ਸਾਲ ਬਾਅਦ ਜੇ ਦੁਬਾਰਾ ਜਿਹੜਾ ਸ਼ੁਰੂ ਹੋਇਆ ਯੂਕੇ 'ਚ ਆਪਣਾ ਲੀਗ ਟੂਰਨਾਮੈਂਟ, ਅਤੇ ਇਨਸ਼ਾਅੱਲਾ ਅੱਗੇ ਜ਼ਿਆਦਾ ਤੋਂ ਜ਼ਿਆਦਾ ਸਾਡੇ ਪਲੇਅਰ ਆਉਣਗੇ, ਸਾਡੇ ਜਿਹੜੇ ਅੱਛੇ ਬੈਸਟ ਪਲੇਅਰ ਆ ਉਹ ਵੀ ਆਏ ਨੇ, ਜਿਹੜੇ ਪਿੱਛੇ ਨੇ ਉਹ ਵੀ ਇਨਸ਼ਾਅੱਲਾ ਆਉਣਗੇ, ਜਿਹਨੂੰ ਬੁਲਾਉਣਗੇ ਅਸੀਂ ਇਨਸ਼ਾਅੱਲਾ ਬਗੈਰ ਕਿਸੇ ਤੋਂ ਵਜ੍ਹਾ ਤੋਂ ਉਹਨਾਂ ਨੂੰ ਪਰਮਿਸ਼ਨ ਦੇਵਾਂਗੇ, ਉਹਨਾਂ ਨੂੰ ਸਪੋਰਟ ਕਰਾਂਗੇ ਇੱਥੇ ਭੇਜਣ ਲਈ। ਅੱਛਾ, ਜਿਸ ਤਰ੍ਹਾਂ ਸਾਡੇ ਮੁੰਡਿਆਂ ਦੀਆਂ ਪਰਫੋਰਮੈਂਸਾਂ ਰਹੀਆਂ, ਤੁਸੀਂ ਤੱਕਿਆ ਜਿੰਨੇ ਵੀ ਮੁੰਡਿਆਂ ਦਾ ਮੈਂ ਨਾਂ ਲਏ, ਬੜੇ ਅੱਛੇ ਖੇਡੇ, ਅਤੇ ਤੁਸੀਂ ਜਦੋਂ ਆਪਣੇ ਮੁੰਡਿਆਂ ਦੀਆਂ ਆਊਟਸਟੈਂਡਿੰਗ ਪਰਫੋਰਮੈਂਸਾਂ ਹੁੰਦੀਆਂ ਯੂਕੇ ਦੇ ਵਿੱਚ, ਤੁਹਾਡਾ ਜੀ ਕਿੰਨਾ ਖੁਸ਼ ਹੁੰਦਾ? ਸਾਡਾ ਦਿਲ ਤਾਂ ਬਹੁਤ ਖੁਸ਼ ਹੁੰਦਾ, ਸਾਡੇ ਤਾਂ ਪਹਿਲੇ ਬੱਚਿਆਂ ਨੇ ਜਿਹੜਾ ਇੱਕ ਰਿਕਾਰਡ ਕਾਇਮ ਕੀਤਾ, ਸਾਰੀ ਦੁਨੀਆ ਨੂੰ ਪਤਾ ਕਿ ਸਾਰੀ ਦੁਨੀਆ ਨੇ ਦੇਖਿਆ ਕਿ ਸਾਡੇ ਜਿਹੜੇ ਪਾਕਿਸਤਾਨ ਦੇ ਖਿਲਾੜੀ ਇੱਥੇ ਆਣ ਕੇ ਖੇਡੇ, ਇਹਨਾਂ ਦੀ ਬੜੀ ਅੱਛੀ ਪਰਫਾਰਮੈਂਸ ਰਹੀ ਹੈ ਵਰਲਡ ਕੱਪ 2020 'ਚ ਵੀ, ਇਹਨਾਂ ਦੀ ਅੱਛਾ ਇਹਨਾਂ ਨੇ ਖੇਲ ਦਾ ਮੁਜ਼ਾਹਰਾ ਕੀਤਾ, ਜਿਸ 'ਚ ਆਰਮੀ ਚੈਂਪੀਅਨ ਹੋਏ ਨੇ, ਅਤੇ ਕਾਫੀ ਜਿਹੜਾ ਹੈ ਸਾਡੀ ਕਬੱਡੀ ਹੈ ਹੁਣ ਪਾਕਿਸਤਾਨ 'ਚ ਵੀ, ਸਾਡੇ ਇੱਕ ਲੀਗ ਹੋਣ ਜਾ ਰਹੀ ਹੈ ਨਵੰਬਰ 'ਚ, ਨਵੰਬਰ ਵਿੱਚ, ਹਾਂਜੀ, ਉਹਦੀ ਸਾਰੀ ਦੁਨੀਆ ਦੇ ਪਲੇਅਰ ਜਿਹੜੇ ਖੇਡਣਗੇ, 3 ਕੈਟਾਗਰੀ ਬਣਾਈਆਂ ਨੇ, ਇਹ ਕੈਟਾਗਰੀ ਦਾ ਜਿਹੜਾ ਖਿਲਾੜੀ ਉਹ ਕਮ ਸੇ ਕਮ 20 ਲੱਖ ਰੁਪਇਆ ਪਾਕਿਸਤਾਨੀ ਉਹਨੂੰ ਦੇਵਾਂਗੇ, ਜਿਹੜਾ ਸੀ 20 ਕੈਟਾਗਰੀ ਦਾ ਖਿਲਾੜੀ ਉਹਨੂੰ 10 ਲੱਖ ਦੇਵਾਂਗੇ, ਔਰ ਤੀਸਰਾ ਜਿਹੜਾ 30 ਕੈਟਾਗਰੀ ਦਾ ਖਿਲਾੜੀ ਉਹਨੂੰ ਅਸੀਂ 10 ਲੱਖ ਰੁਪਇਆ ਦੇਵਾਂਗੇ, ਔਰ ਉਹਦਾ ਸਾਡਾ ਜਿਹੜਾ ਹੈ ਟਰਾਂਸਮੀਡੀਆ ਨਾਲ ਸਾਡਾ ਉਹ ਕੰਟੈਕਟ ਹੋ ਚੁੱਕਾ ਹੈ, ਮੁਆਹਦਾ ਹੋ ਚੁੱਕਾ ਹੈ, ਉਸ ਸਿਲਸਿਲੇ 'ਚ ਅਸੀਂ ਸਾਰੇ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਅੱਛੇ ਖਿਲਾੜੀ ਹੈ ਆਉਣ ਤੋਂ ਉੱਤੇ ਆਣ ਕੇ ਲੀਗ ਸ਼ਾਮਿਲ ਹੋਣ। ਅਤੇ ਜਿਹੜਾ ਮੇਰਾ ਅਗਲਾ ਕੁਐਸਚਨ ਆ ਉਹ ਆ ਕਿ ਜਦੋਂ ਹੁਣ ਵਰਲਡ ਕੱਪ ਹੋਣਾ, ਜਿਸ ਤਰ੍ਹਾਂ ਦੇ ਸਾਡੇ ਮੁੰਡੇ ਬਾਹਰੀਆਂ ਮੁਲਕਾਂ ਜਾ ਕੇ ਖੇਡਦੇ, ਜਿਹੜੇ ਮੈਂ ਨਾਂ ਲਏ, ਇਸ ਤੋਂ ਇਲਾਵਾ ਵੀ ਬੜੇ ਬੜੇ ਚੰਗੇ ਮੁੰਡੇ ਸਾਡੇ ਖੇਡਦੇ, ਤੁਸੀਂ ਕੀ ਸਮਝਦੇ ਹੋ ਕਿ ਪਾਕਿਸਤਾਨ ਦੀ ਟੀਮ ਜਦੋਂ ਵੀ ਬਣਦੀ, ਜਦੋਂ ਵੀ ਤੁਸੀਂ ਵਰਲਡ ਕੱਪ ਲਈ ਅਲਾਊਂਸ ਕਰਦੇ ਹੋ ਪਲੇਅਰ, ਅਤੇ ਜਿਨ੍ਹਾਂ ਪਲੇਅਰਾਂ ਦੀਆਂ ਮਤਲਬ ਦੂਜੀਆਂ ਕੰਟਰੀਆਂ ਜਾ ਕੇ ਜਿੱਦਾਂ ਦੀਆਂ ਪਰਫਾਰਮੈਂਸਾਂ ਹੁੰਦੀਆਂ, ਉਹ ਤੱਕ ਕੇ ਟੀਮ ਬਣਦੀ, ਜਾਂ ਜਿੱਦਾਂ ਦੇ ਮੁਲਕ ਦੇ ਵਿੱਚ ਸਾਡੇ ਮੁੰਡੇ ਉਹ ਖੇਡਦੇ, ਉਹ ਕਿੱਦਾਂ ਦੀ ਆਪਸ 'ਚ ਟੀਮ ਬਣਾਈ, ਅਤੇ ਸਾਡਾ ਮੁਕਾਬਲਾ, ਕਿਉਂਕਿ ਸਾਡੀ ਜਿਹੜੀ ਹਰੀਫ ਟੀਮ ਹੈ ਸਭ ਤੋਂ ਤਗੜੀ ਟੀਮ ਹੈ ਭਾਰਤ ਦੀ, ਠੀਕ ਆ, ਚੜ੍ਹਦੇ ਪੰਜਾਬ ਦੀ, ਤਾਂ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਜਿਸ ਤਰ੍ਹਾਂ ਦੀਆਂ ਮੁੰਡਿਆਂ ਦੀ ਸਾਡੇ ਇੱਥੇ ਯੂਕੇ 'ਚ ਪਰਫਾਰਮੈਂਸਾਂ ਰਹੀਆਂ, ਜਾਂ ਬਨੀਆ ਮੀਨ ਗਿਆ, ਨਫੀਸ ਗਿਆ ਯੂਰਪ ਖੇਡਣ ਲਈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹਦੇ ਸਾਰੀ ਇਹਨਾਂ ਦੀ ਪਰਫਾਰਮੈਂਸ ਦੇਖਦੇ ਹਾਂ, ਇਹ ਸਿਰਫ ਇੱਕ ਇਹਨੂੰ ਨਹੀਂ ਦੇਖਦੇ ਟੂਰਨਾਮੈਂਟ ਨੂੰ, ਅਸੀਂ ਜਿਹੜੇ ਸਾਡੇ ਪਾਕਿਸਤਾਨ ਨੈਸ਼ਨਲ ਚੈਂਪੀਅਨ
ਚੈਂਪੀਅਨਸ਼ਿਪ ਹੁੰਦੀ ਉਹਦੇ ਹਵਾਲੇ ਨਾਲ ਸਾਡੇ ਹੋਰ ਕੱਪ ਹੁੰਦੇ ਨੇ, ਅਸੀਂ ਉਹਨਾਂ ਦੀ ਪੂਰੇ ਸਾਲ ਦੀ ਜਿਹੜੀ ਕਾਰਕਰਦਗੀ ਉਹ ਦੇਖ ਕੇ ਉਹਨੂੰ ਸਿਲੈਕਟ ਕਰਦੇ ਹਾਂ। ਔਰ ਉਹਦੀ ਜਿਹੜੀ ਮੌਜੂਦਾ ਫਿਟਨੈਸ ਹੈ, ਮੌਜੂਦਾ ਟੀਮ 'ਚ ਉਹਦੀ ਸੂਰਤ ਹਾਲ ਹੈ, ਉਹਦੇ ਤਹਿਤ ਅਸੀਂ ਉਹਨੂੰ ਸਿਲੈਕਟ ਕਰਦੇ ਹਾਂ। ਉਹਨਾਂ ਸਾਰਾ ਰਿਕਾਰਡ ਚੈੱਕ ਕਰਕੇ ਉਹਦੀ ਉਹਦੀ ਜਿਹੜੀ ਮੌਜੂਦਾ ਪਰਫਾਰਮੈਂਸ ਆ ਔਰ ਮੌਜੂਦਾ ਫਿਟਨੈਸ। ਜੱਟ ਸਾਹਿਬ, ਆਖਰੀ ਕੁਐਸਚਨ ਆ ਕਿ ਤੁਸੀਂ ਕੀ ਸਮਝਦੇ ਹੋ ਕਦੋਂ ਤੁਹਾਡੀ ਵਰਲਡ ਕੱਪ ਹੋ ਜਾਏਗਾ ਕਬੱਡੀ ਦਾ? ਵਰਲਡ ਕੱਪ ਅਲਹਮਦੁਲਿਲਾ ਨੂੰ ਹੋ ਚੁੱਕਿਆ, ਉਹ ਵੀ ਵਰਲਡ ਕੱਪ ਜਿਹੜਾ ਪਾਕਿਸਤਾਨ ਨੂੰ ਮਿਲਿਆ ਹੈ ਉਹ 2023 'ਚ ਹੋਣਾ ਹੈ। ਉਸ ਤੋਂ ਪਹਿਲਾਂ ਇੱਕ ਨਨਕਾਣਾ ਸਾਹਿਬ ਬੜਾ ਵੱਡਾ ਕੱਪ ਹੋ ਰਿਹਾ, ਜਿਹ 'ਚ ਸਾਰੇ 4 ਟੀਮਾਂ ਸਾਡੇ ਬਰੋਨੇ ਮੁਲਕ ਦੀਆਂ ਖੇਡ ਰਹੀਆਂ, ਜਿਹ 'ਚ ਬੜਾ ਅੱਛਾ ਟੂਰਨਾਮੈਂਟ ਆ, ਉਹ ਵੀ ਟਰਾਂਸਮੀਡੀਆ ਇਨਸ਼ਾਅੱਲਾ ਕਰਾ ਰਹੀ ਹੈ ਨਵੰਬਰ ਦੇ ਵਿੱਚ ਹੀ। ਇੱਕ ਕਰਤਾਰਪੁਰ ਜਿਹੜਾ ਉਹ ਵੀ ਇੱਕ ਇੰਡੀਆ ਪਾਕਿਸਤਾਨ ਦੀ ਇੱਕ ਸੀਰੀਜ਼ ਹੋ ਰਹੀ 3 ਮੈਚਾਂ ਦੀ, ਠੀਕ ਹੈ। ਤਾਂ ਵਰਲਡ ਕੱਪ 2023 'ਚ ਉਹਦੀ ਸਾਡੇ ਸਾਈਨ ਹੋ ਚੁੱਕੇ ਨੇ ਸਾਡੇ ਉਹਨਾਂ ਨਾਲ ਟਰਾਂਸਮੀਡੀਆ ਨਾਲ, ਉਹ ਇਨਸ਼ਾਅੱਲਾ 2023 ਦੇ ਵਿੱਚ ਕਿਹੜੇ ਮਹੀਨੇ 'ਚ ਵਰਲਡ ਕੱਪ ਹੋਣਾ? ਨਵੰਬਰ 'ਚ, ਨਵੰਬਰ ਹੀ ਵਰਲਡ ਕੱਪ ਇਨਸ਼ਾਅੱਲਾ, ਇਨਸ਼ਾਅੱਲਾ, ਠੀਕ ਹੈ। ਅਤੇ ਤੁਹਾਡਾ ਬਹੁਤ ਸ਼ੁਕਰੀਆ ਟਾਈਮ ਦੇਣ ਦਾ, ਤੁਹਾਡੇ ਪਲੇਅਰਾਂ ਦਾ ਵੀ। ਸਾਨੂੰ ਬੜਾ ਮਾਣ ਹੈ ਕਿ ਸਾਡੇ ਪਲੇਅਰ ਆ ਕੇ ਯੂਕੇ ਦੇ ਵਿੱਚ ਜਿਸ ਤਰ੍ਹਾਂ ਪਰਫਾਰਮੈਂਸਾਂ ਕੀਤੀਆਂ, ਸਾਡੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦਾ ਇਹਨਾਂ ਨੇ ਪੱਗ ਉੱਚੀ ਕੀਤੀ ਅਤੇ ਆਪਣੇ ਮੁਲਕ ਦਾ ਨਾਂ ਰੋਸ਼ਨ ਕੀਤਾ, ਆਪਣੇ ਮਾਂ ਪਿਓ ਦਾ ਰੋਸ਼ਨ ਕੀਤਾ। ਸਾਨੂੰ ਜਲਦ ਦਿਓ ਅੱਲਾ ਨੇ ਕੇ ਬਾਅਦ।